ਨਾ ਸ਼ਕੀਨ ਤੇ ਗਾਰੇ ਚ ਲੱਤਾ ਮੈਂ ਅੱਜ ਸ਼ੇਵ ਕਰਦੇ ਨੂੰ ਇੱਥੇ ਹੁਣ ਕੱਟ ਜਾ ਮਾਰ ਲਿਆ ਇੱਥੇ ਕਰਕੇ ਚਲੋ ਬਹਾਰਾ ਬੜੇ ਕਾਫੀ ਅਰਸਾ ਤੋਂ ਅੱਛੀ ਸ਼ੇਪ ਹੋ ਰਹੀ ਸੀ ਕਿ ਲੇਕਿਨ ਅੱਜ ਬਸ ਮਸਤੀਆਂ ਕਰਦੇ ਨਾ ਇੱਥੇ ਕੱਟ ਲੱਗ ਗਿਆ ਰਿਕਾਰਡ ਪਲੇ ਜੀ ਵਾਂਸ ਇਨ ਆ ਵਾਇਲ ਕਰ ਹੈਲਦੀ ਬ੍ਰੈਕਫਾਸਟ ਇੰਜੋਏ ਕਰਨਾ ਚਾਹੀਦਾ ਲੈਟ ਮੀ ਹੈਵ ਮਾਈ ਬ੍ਰੈਕਫਾਸਟ ਫਿਰ ਗੱਲਾਂ ਕਰਦੇ ਆ ਉਸ ਫਰਾਡ ਦੇ ਉੱਤੇ ਜਿਹੜਾ ਮੈਂ ਪਹਿਲੇ ਵੀਡੀਓ ਕੀਤੀ ਸੀਗੀ ਕਿ ਆਨਲਾਈਨ ਫਾਈਨੈਂਸ਼ੀਅਲ ਫਰਾਡ ਦੇ ਵਿੱਚ ਇੱਕ ਆਮ ਸ਼ਰੀਫ ਆਦਮੀ ਨੂੰ ਜਿਹੜਾ ਫਰਾਡ ਯਾਨੀ ਕਿ ਕਿੱਦਾਂ ਕਰਦੇ ਨੇ ਅੱਜ ਮੈਂ ਖਾਸ ਟੋਰੀ ਸ਼ਾਵਾਗਾ ਚਲੋ ਜੀ ਹੋ ਗਈ ਪੇਟ ਪੂਜਾ ਹੁਣ ਆਪਾਂ ਗੱਲ ਕਰਦੇ ਹਾਂ ਦੂਸਰੀ ਤਰ੍ਹਾਂ ਦੇ ਫਾਈਨੈਂਸ਼ੀਅਲ ਫਰਾਡ ਦੇ ਉੱਤੇ ਜਿਹਦਾ ਮੈਂ ਜ਼ਿਕਰ ਕੀਤਾ ਸੀਗਾ ਇਹ ਜਿਹੜਾ ਫਾਈਨੈਂਸ਼ੀਅਲ ਫਰਾਡ ਆ ਨਾ ਏਜ ਉਹ ਫਰਾੜੀਏ ਮੋਬਾਈਲ ਨੰਬਰ ਔਰ ਮੋਬਾਈਲ ਫੋਨ ਇਸਤੇਮਾਲ ਕਰਦੇ ਹੋਏ ਕਰਦੇ ਨੇ ਅੱਜ ਨਾ ਦਿਨ ਸੋਹਣਾ ਚੜਿਆ ਹੋਇਆ ਧੁੱਪ ਛਪ ਨਿਕਲੀ ਹੋਈ ਆ ਖਿਲਾਫ ਤਵਕਕ ਖਿਲਾਫ ਮਹਮੂਲ ਤੇ ਗਰਮੀ ਵੀ ਆ ਥੋੜੀ ਜੀ ਬੜਾ ਮਜ਼ਾ ਆ ਰਿਹਾ ਅੱਛਾ ਇੱਥੇ ਨਾ ਬਰਤਾਨੀਆ ਦੇ ਵਿੱਚ ਦੋ ਕਿਸਮ ਦੀਆਂ ਮੋਬਾਈਲ ਕੰਪਨੀਆਂ ਸਿਗੀਆਂ ਜਿਦੋਂ ਮੈਂ ਐਸੀ ਕਿ ਹੁਣ ਤਾਂ ਮੈਂ ਬਹੁਤ ਅਰਸਾ ਹੋ ਗਿਆ ਨਾਂ ਹੀ ਸੁਣਿਆ ਉਹਨਾਂ ਦਾ ਇੱਕ ਸੀਗੀ ਲਿਬਾਰਾ ਤੇ ਦੂਸਰੀ ਸੀਗੀ ਲਾਇਕਾ ਇਹ ਦੋ ਕੰਪਨੀਆਂ ਨਾ ਜਿਹੜੇ ਮੇਰੇ ਰਗੋਂ ਪਾਕਿਸਤਾਨ ਨੂੰ ਇੰਡੀਆ ਬੰਗਲਾਦੇਸ਼ ਸ਼੍ਰੀਲੰਕਾ ਚੋਂ ਆਉਂਦੇ ਸੀ ਨਾ ਉਹਨਾਂ ਲੋਕ ਤੇ ਮੈਂ ਤਾਂ ਕਦੇ ਨਹੀਂ ਇਸਤੇਮਾਲ ਕੀਤੀ ਮੈਂ ਤਾਂ ਇਹਦੋਂ ਅੱਜ ਮੈਂ ਬੋਡਾਫੋਨ ਦਾ ਬੜਾ ਫੈਨ ਸੀ ਉਦੋਂ ਤੋਂ ਲੈ ਕੇ ਹੁਣ ਤਾਈ ਮੈਂ ਬੋਡਾਫੋਨ ਇਸਤੇਮਾਲ ਕਰ ਰਿਹਾ ਲੇਕਿਨ ਮੈਜੋਰਟੀ ਜਿਹੜੇ ਪਾਕਿਸਤਾਨ ਨੂੰ ਇੰਡੀਆ ਤੋਂ ਬੰਗਲਾਦੇਸ਼ শ্রীলੰਕਾ ਇਹਨਾਂ ਦੇ ਮੁਲਕਾਂ ਚੋਂ ਹੁੰਦੇ ਸੀ ਨਾ ਵਿਚਾਰੇ ਉਹ ਲਾਇਕਾ ਔਰ ਲਿਬਾਰਾ ਦੀਆਂ ਸੀਮਾ ਬਹੁਤ ਯੂਜ਼ ਕਰਦੇ ਸੀ ਉਹਦੀ ਵਜ੍ਹਾ ਇਹ ਸੀ ਕਿ ਇਹ ਕੰਪਨੀਆਂ ਨਾ ਬੈਰੂਨ ਦੇ ਮੁਲਕ ਕਾਲ ਕਰਨ ਵਾਸਤੇ ਮਤਲਬ ਬਰਤਾਨੀਆਂ ਚੋਂ ਇੰਡੀਆ ਪਾਕਿਸਤਾਨ ਬੰਗਲਾਦੇਸ਼ শ্রীলੰਕਾ ਇਹਨਾਂ ਮੁਲਕਾਂ ਚ ਕਾਲ ਕਰਨ ਵਾਸਤੇ ਨਾ ਬڑا ਮਤਲਬ ਕੋਸਟ ਇਫੈਕਟਿਵ ਪੈਕੇजेस ਆਫਰ ਕਰਦੀਆਂ ਸੀਗੀਆਂ ਤੁਸੀਂ ਕਹ ਲਓ ਕਿ ਫਿਊ ਪੈنس ਅ ਮਿਨਟ ਜਾਂ ਫਿਰ ਅਗਰ ਤੁਸੀਂ ਸਰਟਨ ਅਮਾਉਂਟ ਅਪਲੋਡ ਕਰਾਓ ਟਾਪ ਅਪ ਕਰਾਓ ਤੇ ਹਜ਼ਾਰ ਮਿੰਟ 5 500 ਮਿੰਟ 100 ਮਿੰਟ ਇਦਾਂ ਕਰਕੇ ਨਾ ਬੜੇ ਚੀਪ ਔਰ ਕੋਸਟ ਇਫੈਕਟਿਵ ਕਿਸਮ ਦੇ ਪੈਕੇजेस ਸੀਗੇ ਉਹਨਾਂ ਦੇ ਇਸ ਵਾਸਤੇ ਜਿਹੜੇ ਸਾਈਡਰ ਦੇ ਦੇਸੀ ਹੁੰਦੇ ਸੀਗੇ ਉਹਨਾਂ ਨੇ ਪਾਕਿਸਤਾਨ ਇੰਡੀਆ ਕੰਟੀਨਿਊਸਲੀ ਗੱਲਾਂ ਕਰਨੀਆਂ ਹੁੰਦੀਆਂ ਸੀਗੀਆਂ ਫੈਮਿਲੀ ਨਾਲ ਭੈਣਾ ਭਰਾਵਾਂ ਨਾਲ ਵਲਦੈਨ ਨਾਲ ਇਸ ਲਈ ਉਹਨਾਂ ਬਹੁਤ ਇਫੈਕਟਿਵ ਹੁੰਦੀਆਂ ਸੀਗੀਆਂ ਔਰ ਇਹ ਜਿਹੜੇ ਫਰਾੜੀਆ ਸੀ ਨਾ ਸਮ ਹਾਉ ਵੈਸੇ ਇੱਥੇ ਯੂਕੇ ਦੇ ਪਤਾ ਨਹੀਂ ਲੰਦਾ ਕਿ ਤੁਹਾਡਾ ਤੁਹਾਡੇ ਫੋਨ ਨੰਬਰ ਤੋਂ ਪਤਾ ਨਹੀਂ ਲੰਦਾ ਕਿ ਤੁਸੀਂ ਕਿਹੜੇ ਆਪਰੇਟਰ ਦੇ ਨਾਲ ਹੋ ਲੇਕਿਨ ਸਮ ਹਾਉ ਉਹ ਫਿਗਰ ਆਊਟ ਕਰਦੇ ਸੀਗੇ ਔਰ ਉਹਨਾਂ ਲੋਕਾਂ ਨੂੰ ਟਾਰਗੇਟ ਕਰਦੇ ਸੀਗੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਸੀਗਾ ਕਿ ਇਹ ਹਾਈਲੀ ਲਾਈਕਲੀ ਹੁਣੇ ਆਏ ਨੇ ਬਾਹਰਲੇ ਮੁਲਕਾਂ ਦੇ ਵਿੱਚੋਂ ਇਹਨਾਂ ਦਾ ਇੱਥੇ ਜਾਣ ਪਛਾਣ ਵੀ ਕੋਈ ਨਹੀਂ ਹੈਗੀ ਇਹਨਾਂ ਨੂੰ ਇੱਥੇ ਦੇ ਅਸੂਲ ਜ਼ਵਾਬਤ ਰਮੂਜ਼ ਔਕਾਫ ਦਾ ਵੀ ਨਹੀਂ ਪਤਾ ਹੈਗਾ ਲਿਹਾਜ਼ਾ ਇਹਨਾਂ ਨੂੰ ਟਾਰਗੇਟ ਕਰਦੇ ਆ ਔਰ ਜ਼ਿਆਦਾ ਚਾਂਸਸ ਨੇ ਕਿ ਨਾ ਤੁਸੀਂ ਕੋ ਪੈਸੇ ਪੂਸੇ ਬਟੋਰ ਸਕੀਏ ਅੱਜ ਮੈਂ ਤੁਹਾਨੂੰ ਦੋ ਵਾਕਿਆਤ ਸੁਣਾਉਣਾ ਹੈ ਜਿਹੜੇ ਮੇਰੇ ਦੋਸਤਾਂ ਨੇ ਪੇਸ਼ ਆਏ ਤੇ ਉਹਨਾਂ ਨੇ ਮੈਨੂੰ ਸੁਣਾਏ ਦੈਸ ਹਾਉ ਆਈ ਨੋ ਕਿ ਇਹ ਕਿਦਾਂ ਗੇਮ ਪਾਉਂਦੇ ਨੇ ਫੇਰ ਮੈਂ ਤੁਹਾਨੂੰ ਅਸਲੀ ਗੱਲ ਦੱਸਾਂਗਾ ਕਿ ਇਹ ਹੁੰਦਾ ਕੀ ਸੀਗਾ ਉਹ ਕਿਦਾਂ ਬੰਦੇ ਨੂੰ ਟ੍ਰੈਪ ਕਰਦੇ ਸੀਗੇ ਪਹਿਲਾ ਜਿਹੜਾ ਵਾਕਿਆ ਪੇਸ਼ ਆਇਆ ਮੇਰੇ ਇੱਕ ਦੋਸਤ ਦੇ ਨਾਲ ਉਹ ਇੱਥੇ ਇੱਕ ਜਗ੍ਹਾ ਤੇ ਕੰਮ ਕਰਦਾ ਸੀਗਾ ਕੰਮ ਦੇ ਦੌਰਾਨ ਉਹਨੂੰ ਫੋਨ ਆਇਆ ਉਹਦੇ ਕੋਲ ਲਬਾਰਾ ਸੀਗੀ ਜਾਂ ਲਾਇਕਾ ਸੀਗੀ ਫੋਨ ਆਇਆ ਕਿ ਤੇਰਾ ਫਲਾਨ ਨਾਮ ਫਲਾਨੇ ਨਾਲ ਬੋਲ ਰਹੇ ਨੇ ਤੇ ਮੇਰਾ ਨਾਮ ਮੁਹੰਮਦ ਆ ਉਸ ਬੰਦੇ ਨੇ ਕਿਹਾ ਜੀ ਮੇਰਾ ਨਾਮ ਮੁਹੰਮਦ ਆ ਤੂੰ ਫਲਾਣਾ ਸਾਹਿਬ ਬੋਲ ਰਿਹਾ ਹਾਂ ਜੀ ਮੈਂ ਫਲਾਣਾ ਸਾਹਿਬ ਬੋਲ ਰਿਹਾ ਹਾਂ ਉਹ ਜੀ ਅਸੀਂ ਲਵਾਰਾ ਕੰਪਨੀ ਚੋਂ ਬੋਲ ਰਹੇ ਹਾਂ ਤੇ ਸਾਡਾ ਇੱਕ ਫਲਾਣੀ ਫਲਾਣੀ ਜਨਾਬ ਰੈਫਰ ਹੁੰਦੀ ਆ ਇੱਕ ਅਸੀਂ ਪ੍ਰਾਈਜ਼ ਦੇਈਦਾ ਆ ਆਪਣੇ ਕਸਟਮਰਜ਼ ਨੂੰ ਤੇ ਉਹ ਤੇਰਾ ਨਾਮ ਬੰਪਰ ਪ੍ਰਾਈਜ਼ ਨਿਕਲ ਆਇਆ ਤੇਰਾ ਸਭ ਤੋਂ ਵੱਡਾ ਪ੍ਰਾਈਜ਼ ਨਿਕਲ ਆਇਆ ਤੇ ਪਤਾ ਨਹੀਂ 5000 10000 ਪੌਂਡ ਦਾ ਤੇਰਾ ਨਾਮ ਨਿਕਲ ਆਇਆ ਤੇ ਤੂੰ ਸਿਰਫ ਮੈਨੂੰ ਇਹ ਚੈੱਕ ਕਰ ਦੇ ਕਿਉਂਕਿ ਮੈਨੂੰ ਪਤਾ ਹੈ ਨਿਕਲੇ ਤਾਂ ਤੇਰਾ ਹੀ ਆ ਲੇਕਿਨ ਨਾ ਤੂੰ ਬਸ ਮੈਨੂੰ ਇਹ ਕਨਫਰਮ ਕਰ ਦੇ ਕਿ ਤੂੰ ਆਪਣੇ ਮੋਬਾਈਲ ਫੋਨ ਨੂੰ ਨਾ ਮੇਰੇ ਨਾਲ ਫੋਨ ਕੱਟ ਕਰਕੇ ਨਾ ਆਪਣਾ ਮੋਬਾਈਲ ਫੋਨ ਖੋਲ ਤੇ ਵਿੱਚੋਂ سیم ਕੱਢ ਤੇਰੀ ਸਿਮ ਦੇ ਪਿੱਛੇ ਨਾ ਤੂੰ ਮੈਨੂੰ ਮੇਕ ਸ਼ੋਰ ਕਰ ਦੇ ਵੀ ਆ ਨੰਬਰ ਲਿਖਿਆ ਹੋਇਆ ਉਹ ਨੰਬਰ ਦੱਸੇਗਾ ਕੋਈ ਕੋ 1 2 3 4 5 ਆਹਲਾ ਨੰਬਰ ਲਿਖਿਆ ਹੈ ਜੀ ਇਹ ਨੰਬਰ ਆ ਫਿਰ ਤੂੰ Winner ਨਾ ਫਿਰ ਮੈਂ ਤੈਨੂੰ ਅਗਲਾ ਪ੍ਰੋਸੈਸ ਦੱਸ ਦਾਂ ਕਿ ਕੀ ਹੁੰਦਾ ਉਹ ਮੇਰਾ ਦੋਸਤ ਕੁਆਇਟ ਕਲੈਵਰ ਹੈ ਉਹਨੇ ਨਾ ਬਹਾਪ ਲਿਆ ਕਿ ਇਹ ਐਵੇਂ ਫਰਾੜੀਏ ਨੇ ਕੋ ਮੈਨੂੰ ਕਿਸੇ ਟ੍ਰਿਕ ਚ ਫਸਾਉਣਾ ਚਾ ਰਹੇ ਨੇ ਦੱਸ ਨਾ ਉਹ ਮਤਲਬ ਇਹਨਾ ਕੋਈ ਖੁਸ਼ਕਿਸਮਤ ਕੋਈ ਨਹੀਂ ਹੁੰਦਾ ਇਟਸ ਟੂ ਗੁੱਡ ਟੂ ਬੀ ਟ੍ਰੂ ਕਿ ਮੈਂ ਐਵੇਂ ਘਰੇ ਬੈਠਾ ਆ ਤੇ ਜਨਾਬ ਮੈਨੂੰ ਫੋਨ ਆ ਗਿਆ ਕਿ ਤੇਰਾ ਇਹਨਾਂ ਨੇ ਨਾਮ ਨਿਕਲ ਆਇਆ ਨਾ ਮੈਂ ਕੋਈ ਟਿਕਟ ਖਰੀਦੀ ਨਾ ਲੈਣਾ ਦੇਣਾ ਬਹਰਾਲ ਉਹਨੇ ਫੋਨ ਬੰਦ ਕੀਤਾ ਆਪਣੇ ਕੰਮ ਧੰਦੇ ਚ ਹੋ ਗੀਜੀ ਹੋ ਗਿਆ ਔਰ ਕੰਮ ਤੇ ਸੀਗਾ ਆਫਿਸ ਦੇ ਵਿੱਚ ਤੇ ਕੁਛ ਦਿਨ ਬਾਅਦ ਫੇਰ ਫੋਨ ਆ ਗਿਆ ਉਸੇ ਮੁਹੰਮਦ ਦਾ ਕਿ ਯਾਰ ਤੂੰ ਚੈੱਕ ਕਰ ਲਿਆ ਉਹ ਕਹਿੰਦਾ ਹਾਂ ਮੈਂ ਚੈੱਕ ਕਰ ਲਿਆ ਯਾਰ ਨੰਬਰ ਤਾਂ ਉਹੀ ਹੈ ਜਿਹੜਾ ਤੂੰ ਦੱਸਿਆ ਉਹ ਕਹਦਾ ਬੱਸ ਫੇਟ ਤੇਰੀ ਕਿਸਮਤ ਖੁੱਲ ਗਈ ਆ ਤੂੰ ਜਨਾਬ ਹੁਣ ਬਸ ਅਗਲਾ ਪ੍ਰੋਸੈਸ ਦਾ ਇੰਤਜ਼ਾਰ ਕਰ ਅਗਲਾ ਪ੍ਰੋਸੈਸ ਇਹ ਆ ਕਿ ਅਸੀਂ ਡਾਕੂਮੈਂਟੇਸ਼ਨ ਕਰਨੀ ਆ ਅਸੀਂ ਆ ਕਰਨਾ ਆ ਅਸੀਂ ਉਹ ਕਰਨਾ ਆ ਉਹਦੇ ਵਾਸਤੇ ਨਾ ਤੂੰ ਜਨਾਬ ਫਲਾਣੇ ਬੈਂਕ ਜਾ ਸਾਡਾ ਇਹਨਾਂ ਬਾਰਕਲੇ ਬੈਂਕ ਦਾ ਅਕਾਊਂਟ ਆ ਉਹਦੇ ਵਿੱਚ ਨਾ ਤੂੰ 150 ਪੁਆਇੰਟ ਜਮ੍ਹਾਂ ਕਰਾ ਤਾਂ ਕਿ ਤੇਰੀ ਜਿਹੜੀ ਪ੍ਰੋਸੈਸਿੰਗ ਫੀਸ ਆ ਨਾ ਉਹ ਅਸੀਂ ਰਿਸੀਵ ਕਰਕੇ ਤੇ ਸਾਰਾ ਜਿਹੜਾ ਇਹ ਪ੍ਰੋਸੈਸ ਆ ਉਹ ਸ਼ੁਰੂ ਕਰੀਏ ਉਹ ਮੇਰੇ ਦੋਸਤ ਕਹਿੰਦਾ اچھا ਠੀਕ ਆ ਯਾਰ ਕਿਹੜਾ ਅਕਾਊਂਟ ਨੰਬਰ ਕਿੱਥੇ ਆ ਬ੍ਰਾਂਚ 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 ਕਿੱਥੇ ਆ ਇਥੇ ਨਾ ਬ੍ਰਾਂਚ ਦਾ ਨਹੀਂ ਹੁੰਦਾ ਤੁਸੀਂ ਅਗਰ ਬਾਰਕਲੇ ਜਮਾ ਕਰਾਉਣਾ ਨਾ ਤੇ ਬਾਰਕਲੇ ਦੀ ਕਿਸੇ ਵੀ ਬ੍ਰਾਂਚ ਚਲੇ ਜਾਓ ਉਹ ਕਹਿੰਦਾ ਜੀ ਆਹ ਅਕਾਊਂਟ ਨੰਬਰ ਹੈ ਤੂੰ ਫੌਰਨ ਜਮਾ ਕਰਾ ਬ ਤੇਰੇ ਤੱਕ ਕਿਸਮਤ ਖੁੱਲ ਗਈ ਤੇਰੀ ਨਸਲਾਂ ਸੰਵਰ ਗਈਆਂ ਅ ਮੇਰੇ ਦੋਸ ਨੇ ਫੋਨ ਬੰਦ ਕੀਤਾ ਫਿਰ ਆਪਣੇ ਕੰਮੇ ਤਾਂ ਤੇ ਲੱਗਣ ਲੱਗਿਆ ਰਿਹਾ ਤੇ ਕੁਝ ਦੇਰ ਬਾਅਦ ਫੇਰ ਉਹਦਾ ਫੋਨ ਆਇਆ ਕਿ ਯਾਰ ਤੇਰੇ ਪੂਰੇ ਪੈਸੇ ਨਹੀਂ ਜਮਾ ਕਰਾਏ ਉਦੋਂ ਫਿਰ ਮੇਰੇ ਦੋਸਤ ਦੀ ਬਰਦਾਸ਼ਤ ਨਾ ਜਵਾਬ ਦੇ ਗਿਆ ਮੇਰੇ ਦੋਸਤ ਨੂੰ ਕਹਿੰਦਾ ਯਾਰ ਤੁਸੀਂ ਕੀ ਬਕਵਾਸ ਕਰਦੇ ਹੋ ਕਿ ਤੁਸੀਂ ਫਰਾਡ ਫੜੇ ਹੋਏ ਨੇ ਤੁਸੀਂ ਜੇ ਫਰਾਡ ਕਰਨਾ ਹੀ ਨੇ ਤੇ ਆਪਣਾ ਨਾਂ ਹੀ ਕੋਈ ਸਟੀਵ ਰੌਜਰ ਸਮਿਥ ਐਲਨ ਡੇਵਿਡ ਐਦਾ ਕੋਈ ਰੱਖ ਲੈ ਤੂੰ ਮੁਹੰਮਦ ਹੀ ਨਾਂ ਰੱਖਣਾ ਉਹ ਕਹਿੰਦਾ ਯਾਰ ਕੀ ਮਤਲਬ ਕੀ ਹੋਇਆ ਕਿਉਂ ਕਿਉਂ ਤੂੰ ਮੈਨੂੰ ਐਦਾਂ ਗੱਲਾਂ ਕਰ ਰਿਹਾ ਹੈਂ ਕਹਿੰਦਾ ਭਾਈ ਮੈਂ ਦੁੱਧੂ ਨਹੀਂ ਹੈਗਾ ਮੈਂ ਬੇਵਕੂਫ ਨਹੀਂ ਹੈਗਾ ਕਿ ਮੈਂ ਆ ਮੈਂ ਘਰੇ ਬੈਠਾ ਤੇ ਮੇਰਾ ਫੋਨ ਆ ਗਿਆ ਤੇ ਜਨਾਬ ਤੇਰਾ ਬੰਪਰ ਪ੍ਰਾਈਜ਼ ਨਿਕਲ ਆਇਆ ਇਦਾਂ ਬੰਪਰ ਪ੍ਰਾਈਜ਼ ਨਿਕਲਦੇ ਆ ਤੁਸੀਂ ਫਰਾੜੀਆਂ ਆ ਕੈਨ ਓਟ ਪ੍ਰੂਵ ਕਰ ਚੁਕਿਦਾ ਫਰਾੜੀਆਂ ਬਤੂ ਬਕਵਾਸ ਕਰ ਰਹੇ ਆ ਤੂੰ ਝੂਠ ਬੋਲ ਰਿਹਾ ਤੂੰ ਮੈਨੂੰ ਟਰਿਕ ਕਰ ਰਿਹਾ ਤੂੰ ਸਿਰਫ 150 ਪਾਉਂ ਮੇਰੇ ਤੋਂ ਕਢਵਾਉਣਾ ਤੇ ਬਾਅਦ ਤੂੰ ਮੋੜ ਕੇ ਮੈਨੂੰ ਵੇਖਣਾ ਨਹੀਂ ਹੈਗਾ ਤੇ ਇਹ ਦੋਨੇ ਇਹ ਜਿਹੀ ਗੱਲਾਂ ਗੁਲਗੁਲ ਕੀਤੀਆਂ ਨਾ ਉਹਦੋਂ ਕਹਿੰਦਾ ਯਾਰ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਤੂੰ ਬੜਾ ਕਲਵਰ ਬੰਦਾ ਲੱਗ ਰਿਹਾ ਮੈਨੂੰ ਮੇ ਕਹਿੰਦਾ ਕੀ ਮਤਲਬ ਕਹਿੰਦਾ ਅਸੀਂ ਆਹ ਹੀ ਕੁਝ ਵਿੱਚ ਜੋ ਤੇਰੇ ਨਾਲ ਕੀਤਾ ਏਹੀ ਅਸੀਂ ਕਰੀਦਾ ਆ ਤੇ ਤੂੰ ਕਾਫੀ ਕਲੇਵਰ ਆ ਕਾਫੀ ਗੁੱਡ ਆ ਤੂੰ ਸਾਡੇ ਬਿਜ਼ਨਸ ਦੇ ਵਿੱਚ ਨਾ ਅੱਛਾ ਚੱਲ ਸਕਦਾ ਤੂੰ ਦੱਸ ਮੇਰੇ ਨਾਲ ਕੰਮ ਕਰਨਾ ਮੇਰਾ ਦੋਸਤ ਸੀ ਜਦ ਦਫਾ ਹੋ ਜਾ ਯਾਰ ਮੈਨੂੰ ਦੁਬਾਰਾ ਫੋਨ ਨਾ ਕਰੀ ਇਹ ਸੀ ਇੱਕ ਸਟੋਰੀ ਹੁਣ ਮੈਂ ਤੁਹਾਨੂੰ ਦੂਸਰੀ ਸਟੋਰੀ ਸੁਣਾਉਣਾ ਉਹ ਪੇਸ਼ ਆਈ ਸੀ ਮੇਰੇ ਇੱਕ ਹੋਰ ਦੋਸਤ ਦੇ ਨਾਲ ਬਟ ਨਾਟ ਇਨ ਯੂ ਕੇ ਇਨ ਅ ਡਿਫਰੈਂਟ ਕੰਟਰੀ ਨਾਟ ਇਨ ਪਾਕਿਸਤਾਨ ਬਟ ਇਨ ਅ ਡਿਫਰੈਂਟ ਕੰਟਰੀ ਤੇ ਉਹਨੂੰ ਵੀ ਇਦਾਂ ਹੀ ਫੋਨ ਆਇਆ ਕਿ ਯਾਰ ਤੂੰ ਫਲਾਣਾ ਬੋਲ ਰਿਹਾ ਸਮ ਹਾਉ ਡ ਫਿਗਰ ਆ ਉਹਨਾਂ ਕਿਹਾ ਜੀ ਤੁਸੀਂ ਫਲਾਣਾ ਬੰਦਾ ਬੋਲ ਰਹੇ ਆ ਕਹਿੰਦਾ ਹਾਂ ਜੀ ਮੈਂ ਫਲਾਣਾ ਬੰਦਾ ਬੋਲ ਰਿਹਾ ਯਾਰ ਅਸੀਂ ਆ ਤੇਰੇ ਮੋਬਾਈਲ ਕੁ ਫੋਨ ਵਾਲੀ ਕੰਪਨੀ ਚ ਬੋਲ ਰਹੇ ਆ ਸਾਡੀ ਇੱਕ ਸਕੀਮ ਹੁੰਦੀ ਆ ਅਸੀਂ ਲੱਕੀ ਡਰਾ ਕਰੀਦਾ ਆ ਤੇ ਤੇਰਾ ਉਸ ਲੱਕੀ ਡਰਾ ਦੇ ਵਿੱਚ ਨਾਮ ਨਿਕਲ ਆਇਆ ਤੇ ਬਲਕਿ ਤੇਰਾ ਨੀ ਜ਼ਾਹਰ ਆ ਜਿਹੜਾ ਤੈਨੂੰ SIM ਦਿੱਤੀ ਹੋਈ ਆ ਜਿਹੜਾ ਤੇਨੂੰ ਨੰਬਰ ਅਲਾਟ ਕੀਤਾ ਆ ਤੇ ਤੂੰ ਬਸ ਇਹ ਮੈਨੂੰ ਕਨਫਰਮ ਕਰ ਦੇ ਆ ਫੋਨ ਬੰਦ ਕਰ SIM ਖੋਲ ਫੋਨ ਖੋਲ ਕੇ SIM ਕੱਢ ਤੇ ਉਤ ਮੈਨੂੰ ਕਨਫਰਮ ਕਰ ਦੇ ਆ ਨੰਬਰ ਲਿਖਿਆ ਆ 1234567 ਇੱਕ ਸਿਰਟਨ ਨੰਬਰ ਦੱਸ ਦੇ ਉਹ ਮੇਰਾ ਦੋਸਤ ਕਹਿੰਦਾ ਮੈਂ ਇਹਨਾ ਫੋਨ ਬੰਦ ਕੀਤਾ ਉਹ ਵਿਚਾਰਾ ਚਾਂਸੇ ਚ ਆ ਗਿਆ ਕਹਿੰਦਾ ਮੈਂ ਫੋਨ ਬੰਦ ਕੀਤਾ ਮੈਂ SIM ਕੱਢੀ ਤੇ ਐਗਜੈਕਟ ਉਹੀ ਨੰਬਰ ਜਿਹੜਾ ਉਹਨੇ ਦੱਸਿਆ ਸੀ ਉਹ ਲਿਖਿਆ ਹੋਇਆ ਉੱਤੇ ਕਹਿੰਦਾ ਮੈਂ ਜਨਾਬ ਖੁਸ਼ ਮਤਲਬ ਖੁਸ਼ੀ ਮੇਰੇ ਅੰਦਰ ਨਾ ਫੂਲੇ ਨਾ ਸਮਾਏ ਕਿਉਂਕਿ ਜਿਹੜਾ ਮਸਲਾ ਹੁੰਦਾ ਨਾ ਸਾਡੇ ਅਰਗੇ ਜਿਹੜੇ ਦੇਸ਼ੀ ਵਿਚਾਰੇ ਆਉਂਦੇ ਆ ਪਾਕਿਸਤਾਨ ਦੇ ਵਿੱਚੋਂ ਇੰਡੀਆ ਬੰਗਲਾਦੇਸ਼ ਸ਼ਾਇਦ ਡਿਪ੍ਰਾਈਵਡ ਕੰਟਰੀਜ਼ ਦੇ ਵਿੱਚੋਂ ਆਉਂਦੇ ਆ ਜਹਰ ਆਪਣੇ ਬਾਲਦਾਨ ਦੀ ਸਾਰੀ ਜਮਾ ਪੂੰਜੀ ਲਾ ਕੇ ਇੱਥੇ ਪਹੁੰਚਦੇ ਆ ਤੇ ਇੱਥੇ ਆ ਕੇ ਫਿਰ ਜਹਰ ਆ ਪਕੌੜੀ ਪੈਸੇ ਪੈਸੇ ਜੋੜਦੇ ਆ ਤੇ ਜਦੋਂ ਇਹੋ ਜਿਹਾ ਕੋਈ ਅਪਰਚੂਨਿਟੀ ਮਿਲਦੀ ਹੈ ਉਹ ਸਮਝਦੇ ਆ ਕਿ ਯਾਰ ਸ਼ਾਇਦ ਰੱਬ ਨੇ ਸਾਡੀ ਸੁਣ ਲਈ ਕਿ ਜਿੱਦਾਂ ਲੋਕ ਬਾਹਰਲੇ ਮੁਲਕਾਂ ਚ ਜਾ ਕੇ ਤੇ ਲੱਖਪਤੀ ਹੋ ਜਾਂਦੇ ਆ ਕਰੋੜਪਤੀ ਹੋ ਜਾਂਦੇ ਆ ਅੱਲਾ ਨੇ ਸਾਡੀ ਸੁਣ ਲਈ ਤੇ ਉਹ ਇਹ ਜਿਹੇ ਵਿਚਾਰੇ ਨਾ ਗਲਤ ਫਹਿਮੀਆਂ ਮਿਸ ਅੰਡਰਸਟੈਂਡਿੰਗ ਦੇ ਵਿੱਚ ਆ ਕੇ ਨਾ ਸ਼ਿਕਾਰ ਹੋ ਜਾਂਦੇ ਆ ਉਹ ਮੇਰੇ ਉਸ ਦੋਸਤ ਨੇ ਜਨਾਬ ਇਹ ਜੀ ਉਹਨੂੰ ਗੱਲਾਂ ਬਾਤਾਂ ਜ਼ਹੀਨ ਚਾਹੀਆਂ ਉਹਦੇ ਤੇ ਜਨਾਬ ਉਹਨੇ ਨੰਬਰ ਕਨਫਰਮ ਕਰਕੇ ਸੇਮ ਦੁਬਾਰਾ ਪਾਈ ਉਹਦਾ ਫੇ ਫੋਨ ਆ ਗਿਆ ਕਿ ਹਾਂਜੀ ਚੈੱਕ ਕਰ ਲਿਆ ਤੁਸੀਂ ਕੰਤਾ ਜੀ ਮੈਂ ਛੱਕ ਕਰ ਲਿਆ ਤਾਂ ਬੱਲੇ ਬੱਲੇ ਜਨਾਬ ਤੂੰ ਉਹੀ ਨੰਬਰ ਹੈ ਜਿਹੜਾ ਤੂੰ ਦੱਸਿਆ ਸੀ ਉਹ ਕਹਿੰਦਾ ਵੈਰੀ ਗੁੱਡ ਯਾਰ ਤੂੰ ਬਹੁਤ ਖੁਸ਼ਕਿਸਮਤਾਂ ਕਿਉਂਕਿ ਇਹ ਜਿਹੜਾ ਲੱਕੀ ਡਰਾ ਆਇਆ 6 ਮਹੀਨੇ ਚ ਅਸੀਂ ਇੱਕ ਵਾਰੀ ਕਰਦੇ ਆਂ ਤੇ ਤੇਰੀਆਂ ਤਾਂ ਜਨਾਬ ਬੜਾ ਤੂੰ ਕਿਸਮਤਾਂ ਵਾਲਾ ਬੰਦਾ ਹੈ ਤੇਰੀਆਂ ਤਾਂ ਨਸਲਾਂ ਸਮਰ ਗਈਆਂ ਬਾਹਰ ਹਾਣ ਹੋਣ ਜਨਾਬ ਆ 2000 ਯੂਰੋ 5000 ਯੂਰੋ ਜੋ ਵੀ ਹੈ ਉਹ ਤੇਰਾ ਨਾਮ ਤੇ ਪ੍ਰੋਸੈਸ ਹੁਣ ਇਹ ਹੈ ਕਿ ਜਨਾਬ ਤੂੰ ਨਾ 1000 ਯੂਰੋ ਆ 1000 ਨਹੀਂ 100 ਯੂਰੋ ਨਾ ਸਾਡੇ ਫਲਾਣੇ ਅਕਾਊਂਟ ਚ ਪਾ ਤਾਕੇ ਨਾ ਅਸੀਂ ਤੇਰੀ ਪ੍ਰੋਸੈਸਿੰਗ ਦੀ ਜਦੋਂ ਸਰੋਸਸ ਹੋ ਗਿਆ ਉਹਦੀ ਹੈ ਫੀਸ ਤੇ ਜਦੋਂ ਤੂੰ ਕਰ ਦੇਗਾ ਫਿਰ ਅਸੀਂ ਨਾਬ ਸਾਰਾ ਪ੍ਰੋਸੈਸ ਕੰਪਲੀਟ ਕਰਕੇ ਤੇ ਫੰਡ ਜਿਹੜੇ ਨੇ ਉਹ ਤੇਰੇ ਅਕਾਊਂਟ ਦੇ ਵਿੱਚ ਡਿਸਪਰਸ ਕਰ ਦਿਆਂਗੇ ਉਹ ਮੇਰਾ ਦੋਸਤ ਦੀ ਵਿਚਾਰੇ ਦੀ ਕਿਸਮਤ ਚੰਗੀ ਕਹਿ ਲਓ ਮੈਂ ਇਹ ਨਹੀਂ ਕਹਾਂ ਕਿਸਮਤ ਮਾੜੀ ਕਿ ਕਿਸਮਤ ਚੰਗੀ ਕਿ ਉਹਦੇ ਵਿਚਾਰੇ ਕੋਲ ਨਾ 100 ਯੂਰੋ ਨਹੀਂ ਸੀ ਹੈਗਾ ਉਸ ਵੇਲੇ ਹੁਣ ਮਿਸਾਲ ਦੇ ਤੌਰ ਤੇ ਮੈਂ ਆ ਨਾ ਇਹਨਾਂ ਮੁਲਕਾਂ ਦੇ ਵਿੱਚ ਇਹ ਆਮ ਰਿਵਾਜ ਆ ਮੈਂ ਸ਼ਾਇਦ ਜ਼ਿਆਦਾ ਹੀ ਆਦੀ ਹਾਂ ਇਸ ਚੀਜ਼ ਦਾ ਮੇਰੇ ਵਾਲਟ ਦੇ ਵਿੱਚ ਨਾ ਕੋਈ ਪੈਸਾ ਧੇਲਾ ਨਹੀਂ ਹੁੰਦਾ ਅਜੇਬ ਚ ਮੇਰੇ ਕੋਈ ਨਾ ਇੱਕ ਦੋ ਸਿੱਕੇ ਹੋਣਗੇ 5 ਪੈਣੀ ਦੇ 10 ਪੈਣੀ ਦੇ 1 ਪੈਣੀ ਦੇ ਲੇਕਿਨ ਮੇਰੇ ਕੋ ਕੈਸ਼ ਨਹੀਂ ਹੁੰਦਾ ਤੇ ਉਹਦੀ ਵਜ੍ਹਾ ਇਹ ਆ ਕਿ ਇੱਥੇ ਹਰ ਜਗ੍ਹਾ ਤੇ ਕਾਰਡ ਚੱਲਦੇ ਨੇ ਕੈਸ਼ ਕੈਰੀ ਕਰੇ ਕਰਮ ਦੀ ਲੋਡ ਕੀ ਹੈ ਮੈਂ ਲੁੱਟ ਖੋ ਦਾ ਡਰ ਰਹਿੰਦਾ ਹੈ ਤੇ ਲੱਕੀਲੀ ਮੇਰੇ ਉਸ ਦੋਸਤ ਦੇ ਕੋਲ ਉਦੋਂ ਕੋਈ ਕੈਸ਼ ਨਹੀਂ ਸੀ ਹੈਗਾ ਉਹਨੇ ਅਦਰ ਉਦਰੋਂ ਕਿਸੇ ਯਾਰਾਂ ਦੋਸਤਾਂ ਤੋਂ ਜਿਹੜੇ ਮਿਲਣ ਵਰਤਨ ਵਾਲੇ ਉੱਥੇ ਮੌਕੇ ਤੇ ਮੌਜੂਦ ਸੀਗੇ ਉਹਨਾਂ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਤੇ ਉਹਨੂੰ ਪੈਸੇ ਨਾ ਮਿਲੇ ਤੇ ਬਹਾਰ ਹਾਲ ਉਹਨੇ ਕਿਹਾ ਕਿ ਭਾਈ ਜੀ ਮੇ ਕੋਲ ਅੱਜ ਨਹੀਂ ਹੈਗੇ ਜਿਹਦੇ ਤੋਂ ਫੇਕ ਤੇ ਫੋਨ ਆਇਆ ਉਹਨਾਂ ਦਾ ਮੇ ਕੋਲ ਅੱਜ ਨਹੀਂ ਹੈਗੇ ਯਾਰ ਮੈਂ ਬੜਾ ਮਜਬੂਰ ਹਾਂ ਮੈਂ ਕੱਲ ਕਰਾ ਦਾਂਗਾ ਪਰਸੋ ਕਰਾ ਦਾਂ ਜਿਹਦੇ ਉਹਨਾਂ ਨੇ ਦੇਖਿਆ ਕਿ ਇਹ ਜਨਾਬ ਇਹਦੇ ਪੱਲੇ ਪਹਿਲੇ 100 ਨਹੀਂ ਹੈਗਾ ਦੇਣ ਨੂੰ ਤੇ ਬਾਅਦ ਵਾਲੇ ਸਾਨੂੰ ਕਿ ਹੁਣ ਆਉਨੇ ਆ ਇਸ ਗੱਲ ਤੇ ਕਿ ਉਹਨਾਂ ਨੂੰ ਪਤਾ ਕਿਦਾਂ ਲੱਗ ਜਾਂਦਾ ਹੈ ਕਿ ਮੇਰਾ ਮੋਬਾਈਲ ਫੋਨ ਆ ਮੇਰੇ ਮੋਬਾਈਲ ਫੋਨ ਦੇ ਵਿੱਚ ਮ ਸਿਮ ਸਪਾਈ ਹੋਈ ਆ ਤੇ ਉਹਦੇ ਉੱਤੇ ਕੀ ਨੰਬਰ ਲਿਖਿਆ ਹੋਇਆ ਉਹਨਾਂ ਨੂੰ ਕਿਦਾਂ ਪਤਾ ਲੱਗ ਜਾਂਦਾ ਹੁਣ ਨਾਰਮਲੀ ਹੁੰਦਾ ਕੀ ਆ ਹੁਣ ਮੇਰਾ ਫੋਨ ਆ ਆਈ ਡੋਨਟ ਨੋ ਮੈਨੂੰ ਯਾਦ ਨਹੀਂ ਹੈ ਕਿ ਮੈਂ ਇਹਦੇ ਵਿੱਚ ਸਿਮ ਲਾਸਟ ਟਾਈਮ ਕਿਦੋਂ ਕੱਢੀ ਸੀ ਤੇ ਕਿਦੋਂ ਪਾਈ ਸੀ ਤਕਰੀਬਨ 4 4.5 ਸਾਲ ਹੋ ਗਏ ਨੇ ਮੈਂ ਇਹ ਫੋਨ ਇਸਤੇਮਾਲ ਕਰ ਰਿਹਾ ਤੇ ਜਦੋਂ ਇਹ ਫੋਨ ਲਿਆ ਸੀਗਾ ਉਦੋਂ ਸ਼ਾਇਦ ਸਿਮ ਸਵਾਬ ਕੀਤੀ ਸੀਗੀ ਉਸ ਤੋਂ ਬਾਅਦ ਨਹੀਂ ਕੀਤੀ ਹੈਗੀ ਤੇ ਮੈਨੂੰ ਨਹੀਂ ਪਤਾ ਸਿਮ ਤੇ ਉੱਤੇ ਕੀ ਲਿਖਿਆ ਆ ਤੇ ਉਹ ਨਾਨੋ ਕਿਦਾਂ ਪਤਾ ਲੱਗ ਜਾਂਦਾ ਹੈ ਹੁੰਦਾ ਇਹ ਹੈ ਕਿ ਇੱਕ ਸਰਟਨ ਮੋਬਾਈਲ ਫੋਨ ਆਪਰੇਟਰ ਦੀਆਂ ਸਿਮਾਂ ਦੇ ਬੈਕ ਦੇ ਉੱਤੇ ਨਾ ਇੱਕ ਸਰਟਨ ਨੰਬਰ ਲਿਖਿਆ ਹੁੰਦਾ ਹਰ ਸਿਮ ਦੇ ਉੱਤੇ ਉਹੀ ਨੰਬਰ ਲਿਖਿਆ ਹੋਏਗਾ ਹੁਣ ਮੇਰੇ ਕੋ ਵੋਡਾ ਫੋਨ ਆ ਵੋਡਾ ਫੋਨ ਦੇ ਬੈਕ ਸੇ ਨਾ ਇੱਕ ਤਾਂ ਇੱਕ ਸਿਮ ਨੰਬਰ ਹੁੰਦਾ ਨਾ ਕਵਾਈਟ ਲੌਂਗ ਇੱਕ ਹੋਰ ਸਰਟਨ ਕਿਸਮ ਦਾ ਨੰਬਰ ਹੁੰਦਾ ਆ ਜਿਹੜਾ ਹਰ ਵੋਡਾ ਫੋਨ ਦੀ ਸਿਮ ਦੇ ਉੱਤੇ ਹੋਏਗਾ ਯੂਕੇ ਦੇ ਵਿੱਚ ਅਗਰ ਤੁਸੀਂ ਇੰਡੀਆ ਵੋਡਾ ਫੋਨ ਖੋਲੋਗੇ ਉਸ ਉਹਨਾਂ ਦੀ ਬੈਗ ਦੇ ਉੱਤੇ ਇੱਕ ਸੈਰਟ ਨੰਬਰ ਹੋਏਗਾ ਤੁਸੀਂ ਅਮਰੀਕਾ ਚਲੇ ਜਾਓ ਯੂਰਪ ਦੇ ਕਿਸੇ ਮੁਲਕ ਚਲੇ ਜਾਓ ਵੋਡਾਫੋਨ ਦੀ ਬੈਗ ਦੇ ਉੱਤੇ ਇੱਕ ਨੰਬਰ ਇੱਕ ਕੰਟਰੀ ਸਪੈਸੀਫਿਕ ਹੁੰਦਾ ਉਹ ਹੁੰਦਾ ਹੀ ਹੁੰਦਾ ਹੈ ਤੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਕੀ ਨੰਬਰ ਆ ਉਹਨਾਂ ਨੂੰ ਇਹ ਵੀ ਉਮੀਦ ਹੁੰਦੀ ਹੈ ਮਤਲਬ ਕਾਫੀ ਯਕੀਨ ਹੁੰਦਾ ਹੈ ਕਿ ਇਹਨੂੰ ਨਹੀਂ ਪਤਾ ਕਿ ਇਹ ਨੰਬਰ ਉਸ SIM ਦੇ ਉੱਤੇ ਕਿੱਦਾਂ ਆ ਉਹ ਜਨਾਬ ਬੰਦੇ ਨੂੰ ਟ੍ਰਿਕ ਕਰਦੇ ਨੇ ਉਹਨਾਂ ਦਾ ਚਾਂਸਾ ਦਿੰਦੇ ਨੇ ਕਿ ਤੇਰਾ ਇਨਾਮ ਨਿਕਲ ਆਇਆ ਬੰਦਾ ਖੁਸ਼ ਹੋ ਜਾਂਦਾ ਕਿ ਯਾਰ ਮੇਰੀ ਕਿਸਮਤ ਬਦਲ ਗਈ ਜਿਹੜਾ ਅਸੀਂ ਸਾਰੀ ਜ਼ਿੰਦਗੀ ਗੁਰਬਤ ਚ گزارੀ ਆ ਹੁਣ ਬਸ ਸਾਨੂੰ ਬ੍ਰੇਕਥਰੂ ਮਿਲ ਗਿਆ ਅੱਲਾ ਨੇ ਸਾਡੀ ਸੁਣ ਲਈ ਹੈ ਉਹ ਜਨਾਬ ਉਹ ਪਹਿਲਾ 1000 ਰੁਪਏ 100 ਰੁਪਏ 100 ਪੌਂਡ ਜਮ੍ਹਾਂ ਕਰਾ ਦਿੰਦੇ ਨੇ ਉਸ ਤੋਂ ਬਾਅਦ ਨਾ ਫੋਨ ਆਉਂਦਾ ਨਾ ਇਨਾਮ ਆਉਂਦਾ ਸੋ ਲੌਂਗ ਸਟੋਰੀ ਸ਼ਾਰਟ ਲਾਲਚ ਨਹੀਂ ਕਰਨੀ ਚਾਹੀਦੀ ਪਹਿਲੀ ਗੱਲ ਪਹਿਲੀ ਗੱਲ ਤਾਂ ਇਹ ਹੈ ਕਿ ਅੱਲਾ ਪਾਕ ਸਾਰਿਆਂ ਨੂੰ ਨਾ ਮਹਿਫੂਜ਼ ਰੱਖੇ ਜਫਰਾਨੀਆਂ ਕੋਲ ਤੇ ਦੂਸਰੀ ਗੱਲ ਇਹ ਹੈ ਕਿ ਲਾਲਚ ਨਹੀਂ ਕਰਨੀ ਚਾਹੀਦੀ ਜਿਹੜੀ ਹੈ ਜੀ ਈਜ਼ੀ ਮਨੀ ਹੁੰਦੀ ਹੈ ਨਾ ਈਜ਼ੀ ਮਨੀ ਨਹੀਂ ਕਮਾ ਹੁੰਦੀ ਥੇਰ ਇਜ਼ ਨੋ ਸ਼ਾਰਟਕੱਟਸ ਟੂ ਸਕਸੈਸ ਤੇ ਤੁਸੀਂ ਅਗਰ ਸਕਸੈਸ ਹਾਸਲ ਕਰਨੀ ਹੈ ਪੈਸਾ ਕਮਾਉਣਾ ਹੈ ਉਹਦੇ ਵਾਸਤੇ ਕੋਈ ਸ਼ਾਰਟਕੱਟ ਨਹੀਂ ਹੈ ਕੋਈ ਤੁਹਾਨੂੰ ਇੱਕਾ ਦੁੱਕਾ ਬੰਦਾ ਲੱਭ ਜਾਏਗਾ ਜਿਹਦੀ ਕੋਈ ਲਾਟਰ ਨਿਕਲ ਆਈ ਉਹਨੇ ਉਹਨਾਂ ਪੈਸਿਆਂ ਨੂੰ ਸੈਂਸਿਬਲੀ ਯੂਜ਼ ਕੀਤਾ ਤੇ ਹੁਣ ਉਹਨੇ ਐਮਪਾਇਰ ਖੜੀ ਕਰ ਲਈ ਲੇਕਿਨ ਬਹੁਤ ਘੱਟ ਚਾਂਸਸ ਹੁੰਦੇ ਨੇ ਕਿ ਇਦਾਂ ਕਿਸਦਾ ਜਨਾਬ ਫੋਨ ਆ ਜਾਵੇ ਤੇ ਤੁਹਾਡਾ ਪ੍ਰਾਈਜ਼ ਨਿਕਲ ਆਇਆ ਤੇ ਤੁਸੀਂ ਕਿਸਮਤ ਤੁਹਾਡੀ ਖੁੱਲ ਗਈ ਲਾਲਚ ਨਹੀਂ ਕਰਨੀ ਚਾਹੀਦੀ ਔਰ ਦੂਸਰਾ ਆਪਣੇ ਆਪ ਨੂੰ ਵੈਲ ਅਵੇਅਰ ਰੱਖੋ ਆ ਜਿਹੜਾ ਫਾਈਨੈਂਸ਼ੀਅਲ ਕਰਾਈਮਸ ਔਰ ਫਰਾੜੀਏ ਜਿਹੜੇ ਨਿਕਲੇ ਹੋਏ ਨੇ ਨਾ ਇਹਨਾਂ ਨੇ ਕਿੱਦਾਂ ਲੋਕਾਂ ਨੂੰ ਟਰੈਪ ਕਰਨਾ ਹੈ ਕਿੱਦਾਂ ਕਰਦੇ ਨੇ ਇਹ ਇਹਦੇ ਮੁਤਲਕ ਆਪਣੇ ਆਪ ਨੂੰ ਅਵੇਅਰ ਰੱਖੋ ਆ ਬੈਂਕਸ ਕੰਪਨੀਆਂ ਜਿਹੜੀਆਂ ਵੀ ਨੇ ਇਹ ਬਹੁਤ ਅੱਛੇ ਅੱਛੇ ਸਿਸਟਮਸ ਇਹਨਾਂ ਨੇ ਇਨਪਲੇਸ ਕੀਤੇ ਹੋਏ ਨੇ ਆਪਣੇ ਕਸਟਮਰਸ ਨੂੰ ਸੇਫਗਾਰਡ ਕਰਨ ਵਾਸਤੇ ਲੇਕਿਨ ਇਹ ਫਰਾੜੀਏ ਜਿਹੜੇ ਨੇ ਇਹ ਉਹਨਾਂ ਸਿਸਟਮਸ ਨੂੰ ਸਟੱਡੀ ਕਰਦੇ ਨੇ ਔਰ ਉਹਨਾਂ ਦਾ ਤੋੜ ਕੱਢਦੇ ਰਹਿੰਦੇ ਨੇ اور مارکیٹ ਵਿੱਚ ਮੌਜੂਦ ਨੇ ਤੁਹਾਡੇ ਮੇਰੇ ਵਰਗੇ ਮਾਸੂਮ ਜਿਹੇ ਬੰਦਿਆਂ ਨੂੰ ਸ਼ਿਕਾਰ ਕਰਦੇ ਰਹਿੰਦੇ ਨੇ ਲਾਲਚ ਨਾ ਕਰੋ ਆਪਣੇ ਆਪ ਨੂੰ ਵੈਲ ਅਵੇਅਰ ਰੱਖੋ اور ਦੁਆ ਕਰਦੇ ਰਹੋ ਕਿ ਅੱਲਾਹ ਪਾਕ ਸਾਰਿਆਂ ਨੂੰ ਇਹ ਜੇ ਨੁਕਸਾਨ ਤੋਂ ਮਹਫੂਜ਼ ਰੱਖੇ ਅਗਰ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੈ ਪਲੀਜ਼ ਇਹਨੂੰ ਲਾਈਕ ਕਰਿਓ ਸ਼ੇਅਰ ਕਰਿਓ ਔਰ ਕਮੈਂਟ ਕਰਕੇ ਜ਼ਰੂਰ ਦੱਸਿਓ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਨਹੀਂ ਆਈ ਅਗਰ ਨਹੀਂ ਆਈ ਤੇ ਮੈਂ ਆਪਣੀ ਵੀਡੀਓਜ਼ ਨੂੰ ਕਿਦਾਂ ਇੰਪਰੂਵ ਕਰ ਸਕਦਾ ਹਾਂ ਅਗਰ ਤੁਸੀਂ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲਓ ਉਨਨ ਬੜੀਨ ਕਰਤ ਮਿਲਦੀ ਹੈ ਮੇਰੇ ਤੇ ਬੰਦ ਨੂੰ ਹੋਰ ਵੀਡੀਓਜ਼ ਬਣਾਉਣ ਵਾਸਤੇ ਆਪਣਾ ਬਹੁਤ ਸਾਰਾ ਖਿਆਲ ਰੱਖਿਓ ਤੁਹਾਡੇ ਨਾਲ ਮੁਲਾਕਾਤ ਹੋਗੀ ਅਗਲੀ ਵੀਡੀਓਜ਼ ਵਿੱਚ ਉਦੋਂ ਤੱਕ ਅੱਲਾ ਹਾਫਿਜ਼